ਸਤਿ ਸ਼੍ਰੀ ਅਕਾਲ ਮੈਂ ਡਾਕਟਰ ਦੀਪਿੰਦਰ ਕੌਰ ਮੈਡੀਕਲ ਅਫਸਰ ਰਾਜ ਵਿੱਚ ਸਥਾਪਿਤ ਕੋਵਿਡ ਕੰਟਰੋਲ ਰੂਮ ਦੀ ਮੈਂਬਰ ਹਾਂ ਅੱਜ 183ਵੇਂ ਦਿਨ ਮੈਂ ਰਾਜ ਵਿੱਚ ਕੋਰੋਨਾ ਵਾਇਰਸ ਸਥਿਤੀ ਨੂੰ ਕੰਟਰੋਲ ਕਰਨ ਲਈ ਪੰਜਾਬ ਸਰਕਾਰ ਦੇ ਯਤਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲਈ ਹਾਜ਼ਰ ਹਾਂ ਹੁਣ ਤੱਕ ਵਿਸ਼ਵ ਭਰ ਵਿੱਚ ਇਸ ਮਹਾਮਾਰੀ ਨੇ 3,12,874,861 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 9,65,636 ਲੋਕਾਂ ਦੀ ਮੌਤ ਦਾ ਕਾਰਨ ਬਣਿਆ ਹੈ ਪਰ 2,28,51,700 ਲੋਕ ਠੀਕ ਹੋ ਚੁੱਕੇ ਹਨ ਭਾਰਤ ਦੀ ਗੱਲ ਕਰੀਏ ਤਾਂ ਇਸ ਮਹਾਂਮਾਰੀ ਨੇ ਹੁਣ ਤੱਕ ਲਗਭਗ 54,91,410 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਜਿਸ ਵਿੱਚ 87,933 ਮੌਤਾਂ ਸ਼ਾਮਿਲ ਹਨ ਪਰ ਲਗਭਗ 43,96,399 ਲੋਕ ਠੀਕ ਹੋ ਚੁੱਕੇ ਹਨ ਪੰਜਾਬ ਵਿੱਚ ਰਾਜ ਸਰਕਾਰ ਨੇ ਟੈਸਟ ਲਈ 15,99,134 ਨਮੂਨੇ ਲੈਬ ਵਿੱਚ ਭੇਜੇ ਹਨ ਜਿਨ੍ਹਾਂ ਵਿੱਚੋਂ ਅੱਜ ਤੱਕ 99,930 ਨਮੂਨੇ ਪੋਜ਼ਿਟਿਵ ਪਾਏ ਗਏ ਹਨ ਜੋ ਕਿ ਕੱਲ੍ਹ ਦੀ ਗਿਣਤੀ ਨਾਲ 2,247 ਵੱਧ ਹਨ ਬਦਕਿਸਮਤੀ ਨਾਲ ਹੁਣ ਤੱਕ ਰਾਜ ਵਿੱਚ 2,860 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ 75,409 ਲੋਕ ਠੀਕ ਹੋ ਚੁੱਕੇ ਹਨ ਹੁਣ ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21,661 ਹੈ ਜਿਵੇਂ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਅਤੇ ਮੌਤਾਂ ਦਿਨੋਂ ਦਿਨ ਵੱਧ ਰਹੇ ਹਨ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰੋ ਆਪਣੇ ਹੱਥਾਂ ਦੀ ਸਫਾਈ ਯਕੀਨੀ ਬਣਾਓ ਮਾਸਕ ਪਾਓ ਘੱਟੋ ਘੱਟ 6 ਫੁੱਟ ਦੀ ਸਰੀਰਕ ਦੂਰੀ ਇੱਕ ਦੂਸਰੇ ਤੋਂ ਬਣਾ ਕੇ ਰੱਖੋ ਰੈਸਪੀਰੇਟਰੀ ਹਾਈਜੀਨ ਮੇਨਟੇਨ ਕਰੋ ਭੀੜ ਭਾੜ ਵਾਲੀਆਂ ਥਾਵਾਂ ਤੋਂ ਬਚੋ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਓ ਸੁਰੱਖਿਅਤ ਰਹੋ ਸਿਹਤਮੰਦ ਰਹੋ ਧੰਨਵਾਦ